ਹੈਲੋ ਦੋਸਤੋ ਬੈਸਟ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਇਸ ਵੀਡੀਓ ਚ ਆਪਾਂ ਕਵਰ ਕਰ ਰਹੇ ਹਿਸਟਰੀ ਲੈਕਚਰ ਰਿਲੇਟਡ ਵੱਡ ਹਿਸਟਰੀ ਦੇ ਟੌਪ 20 MCQ ਜੋ ਕਿ ਆਪਣਾ ਭਾਗ 5ਵਾਂ ਹੈ ਜੇਕਰ ਤੁਸੀਂ ਪਹਿਲਾ ਵਾਲੇ ਭਾਗ ਨਹੀਂ ਦੇਖਿਆ ਚੈਨਲ ਤੇ ਵਿਸਿਟ ਕਰਕੇ ਦੇਖ ਸਕਦੇ ਹੋ ਵੀਡੀਓ ਨੂੰ ਦੋਸਤੋ ਕੀ ਤੱਕ ਜਰੂਰ ਦੇਖਣਾ ਐਂਡ ਕਮੈਂਟ ਬਾਕਸ ਵਿੱਚ ਆਪਣੇ ਨੰਬਰ ਜਰੂਰ ਸ਼ੇਅਰ ਕਰਨੇ ਕਿੰਨੇ ਅੰਸਰ ਤੁਹਾਡੇ ਸਹੀ ਜਾਂਦੇ ਨੇ ਕੁਐਸਚਨ ਨੰਬਰ 1 ਸਭ ਤੋਂ ਪਹਿਲਾਂ ਸੱਪਾਖੰਨਾ ਕਿੱਥੇ ਸਥਾਪਿਤ ਕੀਤਾ ਗਿਆ ਤਾਂ ਰਾਈਟ ਆਨਸਰ ਹੈ ਇੰਗਲੈਂਡ ਠੀਕ ਹੈ ਜੀ ਜੋ ਸਭ ਤੋਂ ਪਹਿਲਾਂ ਜੋ ਸਾਬੇਕਾਨਾ ਸਥਾਪਿਤ ਕੀਤਾ ਗਿਆ ਸੀ 1473 ਈਸਵੀ ਨੂੰ ਇੰਗਲੈਂਡ ਵਿੱਚ ਬਟ ਇਸ ਦੀ ਜੋ ਖੋਜ ਕੀਤੀ ਗਈ ਸੀ ਜਰਮਨੀ ਦੁਆਰਾ ਠੀਕ ਹੈ ਜਰਮਨੀ ਦਾ ਜੋ ਜਾਨ ਗੁਟਨਬਰਗ ਹੋਇਆ ਸੀ ਉਸ ਦੁਆਰਾ ਇਸ ਦੀ ਖੋਜ ਕੀਤੀ ਗਈ ਸੀ ਐਂਡ ਜੋ ਪਹਿਲਾ ਸਾਬੇਕਾਨਾ ਸਥਾਪਿਤ ਕੀਤਾ ਗਿਆ ਸੀ ਇਹ ਇੰਗਲੈਂਡ ਵਿੱਚ 1473 ਈਸਵੀ ਵਿੱਚ ਦੂਜੇ ਵਿਸ਼ਵ ਯੁੱਧ ਵਿੱਚ ਜਾਪਾਨ ਨੇ ਕਦੋਂ ਆਤਮ ਸਮਰਪਣ ਕੀਤਾ ਦਾ ਰਾਈਟ ਆਨਸਰ ਹੈ 1945 ਠੀਕ ਹੈ ਜਪਾਨ ਨੇ ਜੋ ਆਤਮ ਸਮਰਪਣ ਕਰ ਦਿੱਤਾ ਸੀ 1945 ਵਿੱਚ ਦੂਜੇ ਵਿਸ਼ਵ ਜੰਦ ਦੇ ਦੌਰਾਨ ਜਪਾਨ ਦਾ ਕਮਾਂਡਰ ਜਨਰਲ ਕੌਣ ਸੀ ਤਾਂ ਰਾਈਟ ਆਨਸਰ ਹੈ ਹੀ ਦੇਕੀ ਤੇਜੋ ਠੀਕ ਹੈ ਜ ਦੇਕੀ ਤੇਜੋ ਸੀਗਾ ਜੋ ਜਪਾਨ ਦਾ ਕਮਾਂਡਰ ਜਨਰਲ पुनर्जागरण किस भाषा का शब्द है राइट आंसर है फ्रांसिसी ठीक है पुनर्जागरण जो फ्रांसिसी भाषा का शब्द है रोमियो जूलियट दी रचना है राइट आंसर है विलियम शेक्सपियर ठीक है जी रोमियो जूलियट आएगा ये विलियम शेक्सपीयर का एक नाटक है ईसा मसीह की माता मैडोना का चित्र किस द्वारा बनाया गया सी? राइट आंसर है सजीओ रफेल ठीक है सजीओ रफेल द्वारा जो चित्र बनाया गया ईसा मसीह की माता मैडोना ਠੀਕ ਹੈ ਜਿਨ੍ਹਾਂ ਨੂੰ ਮਰੀਅਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਲੀਨਾਰਡੋ ਦਾ ਵਿੰਸੀ ਮਾਈਕਲ ਐਂਜਲੋ ਅਤੇ ਸਾਂਜੀਓ ਰਾਫੇਲ ਕਿੱਥੋਂ ਦੇ ਨਿਵਾਸੀ ਸਨ ਤਾਂ ਰਾਈਟ ਆਨਸਰ ਹੈ ਇਟਲੀ ਠੀਕ ਹੈ ਇਹਨਾਂ ਦਾ ਜੋ ਸਬੰਧ ਸੀਗਾ ਇਟਲੀ ਨਾਲ ਸੀਗਾ ਐਂਡ ਇਹ ਜੋ ਤਿੰਨੋਂ ਸੀਗੇ ਇਹ ਚਿੱਤਰਕਾਰ ਸਨ ਠੀਕ ਹੈ ਇਹ ਪ੍ਰਸਿੱਧ ਚਿੱਤਰਕਾਰ ਸਨ ਇਟਲੀ ਦੇ ਧਰਮ ਸੁਧਾਰ ਅੰਦੋਲਨ ਕਿੰਵੀਂ ਸਦੀ ਵਿੱਚ ਸ਼ੁਰੂ ਹੋਇਆ ਤਾਂ ਰਾਈਟ ਆਨਸਰ ਹੈ 16ਵੀਂ ਠੀਕ ਹੈ 16ਵੀਂ ਸਦੀ ਵਿੱਚ ਜੋ ਜਰਮਨੀ ਵਿੱਚ ਸ਼ੁਰੂ ਹੋਇਆ ਸੀਗਾ ਧਰਮ ਸੁਧਾਰ ਅੰਦੋਲਨ ਕਾਲਵਿਨ ਦਾ ਸਬੰਧ ਕਿਸ ਦੇਸ਼ ਨਾਲ ਸੀ ਤਾਂ ਰਾਈਟ ਆਨਸਰ ਹੈ ਫ੍ਰਾਂਸ ਤੇ ਕਈ ਕਲਵਿੰਦਾਂ ਦਾ ਸਬੰਧ ਜੋ ਫ੍ਰਾਂਸ ਨਾਲ ਸੀ ਫ੍ਰਾਂਸ ਵਿੱਚ ਕਲਪਿੰਨਵਾਦ ਦੇ ਸਮਰਥਕਾਂ ਨੂੰ ਕੀ ਨਾਂ ਦਿੱਤਾ ਗਿਆ ਤਾਂ ਰਾਈਟ ਆਨਸਰ ਹੈ ਹੁਗਨਾਟ ਠੀਕ ਹੈ ਜੋ ਕਿ ਕਲਵਿੰਦੇ ਦੇ ਜੋ ਸਮਰਥਕ ਹੁੰਦੇ ਸੀਗੇ ਠੀਕ ਆ ਤਾਂ ਉਹਨਾਂ ਨੂੰ ਹੁਗਨਾਟ ਦਾ ਨਾਂ ਦਿੱਤਾ ਗਿਆ ਸੀਗਾ ਫ੍ਰਾਂਸ ਵਿੱਚ ਲੂਨ ਕਰ ਐਕਸਾਈਜ਼ ਤੇ ਤਮਾਕੂ ਨਾਲ ਸੰਬੰਧਿਤ ਕਰਸਨ ਤਾਂ ਰਾਈਟ ਆਨਸਰ ਹੈ ਅਪਰਤਕਰ ਠੀਕ ਹੈ ਜੀ ਜਨਕੀ ਦੋ ਤਰ੍ਹਾਂ ਦੇ ਕਰਸਨ ਪ੍ਰਤਕਰ ਤੇ ਅਪਰਤਕਰ ਤਾਂ ਜੋ ਇਹ ਸਨ ਲੂਨ ਕਰ ਐਕਸਾਈਜ਼ ਤੇ ਤਮਾਕੂ ਨਾਲ ਸੰਬੰਧ ਜੋ ਕਰਸਨ ਇਹ ਅਪਰਤਕਰ ਵਿੱਚ ਹੁੰਦੇ ਸਨ ਤੁਰਗੋ ਕਿਸ ਰਾਜ ਵਿੱਚ ਵਿੱਤ ਵਿਭਾਗ ਦਾ ਕੰਟਰੋਲ ਹੈ ਐਨਐਲਸੀ ਦਾ ਰਾਈਟ ਆਨਸਰ ਹੈ ਲੂਈ 16ਵੇਂ ਠੀਕ ਹੈ ਲੂਈ 16ਵੇਂ ਦੇ ਸਮੇਂ ਜੋ ਤੁਰਗੋ ਸੀਗਾ ਰਾਜ ਦੇ ਵਿੱਤ ਵਿਭਾਗ ਦਾ ਕੰਟਰੋਲਰ ਜਨਰਲ ਸੀ ਬਾਸਤੀਲ ਸੰਬੰਧੀ ਕਿਹੜਾ ਕਥਨ ਸਹੀ ਹੈ ਤਾਂ ਰਾਈਟ ਆਨਸਰ ਹੈ ਸਾਰੇ ਹੀ ਇਕਾਈ ਜਨਕੇ ਫਰਾਂਸ ਵਿੱਚ ਕਿਲੇ ਦੀ ਜੇਲ ਸੀਗੀ ਜੋ ਕਿ ਇੱਕ ਪ੍ਰਾਣਾ ਕਿਲਾ ਸੀਗਾ ਇਸ ਨੂੰ ਜੋ ਜੇਲ ਦੀ ਤਰ੍ਹਾਂ ਵਰਤੇ ਜਾਂਦਾ ਸੀਗਾ ਆਮ ਤੌਰ ਤੇ ਲੋਕ ਘਿਰਨਾ ਦੀ ਨਜ਼ਰ ਨਾਲ ਦੇਖਦੇ ਸਨ ਠੀਕ ਹੈ ਤਾਂ ਲੋਕਾਂ ਅੰਦਰ ਇਸ ਕਿਲੇ ਪ੍ਰਤੀ ਜੋ ਨਫ਼ਰਤ ਸੀਗੀ ਸਮਰਾਟ ਦੀ ਨਿਰਕੁਸ਼ ਸ਼ਕਤੀ ਦਾ ਪ੍ਰਤੀਕ ਸੀਗਾ ਠੀਕ ਹੈ ਜੀ ਤਾਂ ਇਹ ਸਾਰੇ ਹੀ ਕਾਰਨ ਨੇ ਜੋ ਬਾਸਟਿਲ ਨਾਲ ਸੰਬੰਧਿਤ ਨੇ ਐਂਡ ਜੋ ਫਰਾਂਸੀਸੀ ਕ੍ਰਾਂਤੀ ਸਮੇਂ ਜੋ ਇਸ ਦਾ ਜੋ ਅੰਤ ਹੋ ਗਿਆ ਸੀਗਾ ਠੀਕ ਹੈ ਜੀ ਬਾਸਟਿਲ ਦਾ ਜੋ ਪਤਨ ਹੋ ਗਿਆ ਸੀ ਕਪੜਾ ਤਿਆਰ ਕਰਨ ਲਈ ਜਾਣ ਕੇ ਦੁਆਰਾ ਕਿਸ ਮਸ਼ੀਨ ਦੀ ਕੰਨ ਕੱਢੀ ਤਾਂ ਰਾਈਟ ਆਨਸਰ ਹੈ ਫਲਾਈਂਗ ਸਟਲ ਠੀਕ ਹੈ ਫਲਾਈਂਗ ਸਟਲ ਨਾਮੀ ਜੋ ਕਪੜਾ ਤਿਆਰ ਕਰਨ ਵਾਲੀ ਮਸ਼ੀਨ ਦੀ ਕੰਡ ਕੰਡੀ ਸੀਗੀ ਚਾਂਕੇ ਦੁਆਰਾ ਜੋ ਇਹ ਮਸ਼ੀਨ ਸੀਗੀ ਇਸ ਨਾਲ ਜੋ ਬੜੀ ਤੇਜ਼ੀ ਨਾਲ ਸਫਾਈ ਨਾਲ ਕਪੜਾ ਤਿਆਰ ਹੁੰਦਾ ਸੀਗਾ ਤੇ ਜਿੰਨੀ ਜੋ ਥੋੜੀ ਦੀ ਚੜਾਈ ਹੁੰਦੀ ਸੀ ਕੱਪੜੇ ਦੀ ਠੀਕ ਆ ਤਾਂ ਉਹਨਾਂ ਤਿਆਰ ਹੋ ਜਾਂਦਾ ਸੀਗਾ ਇਸ ਵਿੱਚ ਆਸਾਨੀ ਨਾਲ ਪਹਿਲੀ ਸਿਲੰਡਰ ਪ੍ਰਿੰਟਿੰਗ ਮਸ਼ੀਨ ਕਿਸ ਨੇ ਬਣਾਈ ਤਾਂ ਰਾਈਟ ਆਨਸਰ ਹੈ ਬੈਲ ਠੀਕ ਹੈ ਬੈਲ ਦੁਆਰਾ ਜੋ ਪਹਿਲੀ ਸਿਲੰਡਰ ਪ੍ਰਿੰਟਿੰਗ ਮਸ਼ੀਨ ਤਿਆਰ ਕਰਵਾਈ ਸੀ ਜਰਮਨੀ ਵਿੱਚ ਉਦਯੋਗਿਕ ਕ੍ਰਾਂਤੀ देर ਨਾਲ ਆਉਣ ਦਾ ਕਾਰਨ ਕੀ ਸੀ ਤਾਂ ਰਾਈਟ ਆਨਸਰ ਸਾਰੇ ਹੀ ਠੀਕ ਹੈ ਜਨਨ ਕਿ ਉਥੇ ਰਾਜਨੀਤਿਕ ਇਕਤਾ ਦੀ ਕਾਰਸਗੀ ਤੇ ਆਵਾਜਾਵੀ ਦੇ ਆਧੁਨਿਕ ਸਾਧਨਾਂ ਦੀ ਅਣਹੋਦ ਸੀਗੀ ਠੀਕਾ ਤੇ ਖਣਿਜ ਕੇਂਦਰਾਂ ਦੀ ਸ਼ਹਿਰ ਤੋਂ ਦੂਰੀ ਠੀਕ ਹੈ ਐਂਡ ਖੇਤੀਬਾੜੀ ਤੋਂ ਜੋ ਜਰਮਨੀ ਪਛੜਾਪਨ ਸੀਗਾ ਇਹ ਸਾਰੇ ਕਾਰਨ ਸੀਗੇ ਕਿ ਜਰਮਨੀ ਵਿੱਚ ਉਦਯੋਗਿਕ ਕ੍ਰਾਂਤੀ ਜੋ ਦੇਰੀ ਨਾਲ ਆਈ ਸੀ ਪਹਿਲੇ ਵਿਸ਼ਵ ਜੁੱਧ ਵਿੱਚ ਕਿਹੜੇ ਦੇਸ਼ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਤਾਂ ਰਾਈਟ ਆਨਸਰ ਹੈ ਰੂਸ ਠੀਕ ਹੈ ਰੂਸ ਅੰਦਰ ਸਭ ਤੋਂ ਵੱਧ ਮੌਤਾਂ ਹੋਈਆਂ ਸੀ ਪਹਿਲੇ ਵਿਸ਼ਵ ਜੁੱਧਾਂ ਇਟਲੀ ਪਹਿਲੇ ਵਿਸ਼ਵ ਜੰਦ ਵਿੱਚ ਕਦੋਂ ਸ਼ਾਮਲ ਹੋਇਆ ਤਾਂ ਰਾਈਟ ਆਨਸਰ ਹੈ 1915 ਠੀਕ ਹੈ 1915 ਇਸ ਵਿੱਚ ਜੋ ਇਟਲੀ ਪਹਿਲੇ ਵਿਸ਼ਵ ਜੰਦ ਵਿੱਚ ਸ਼ਾਮਲ ਹੋਇਆ ਸੀ ਬੋਸਨੀਆ ਦਾ ਸੰਕਟ ਕਦੋਂ ਹੋਇਆ ਦਾ ਰਾਈਟ ਆਨਸਰ ਹੈ 1918 ਠੀਕ ਹੈ ਜੀ ਬੋਸਨੀਆ ਦਾ ਸੰਕਟ ਦੀ ਜੋ ਘਟਨਾ ਸੀ 1918 ਈਸਵੀ ਦੀ ਸੀ ਰਾਸ਼ਟਰ ਸੰਘ ਕਦੋਂ ਹੋਦ ਵਿੱਚ ਆਇਆ ਤਾਂ ਰਾਈਟ ਆਨਸਰ ਹੈ 10 ਜਨਵਰੀ 1920 ਠੀਕ ਹੈ ਜੀ ਸਿਰਫ ਯੂਨ ਅਪਾ ਇੱਥੇ ਯੂਨ ਦੀ ਗੱਲ ਕਰਦੇ ਹਾਂ ਤੇ ਜੋ 10 ਜਨਵਰੀ 1920 ਨੂੰ ਜੋ ਉਹਨ ਦੇ ਵਿੱਚ ਆਇਆ ਸੀਗਾ ਤਾਂ ਦੋਸਤੋ ਅੱਜ ਦੇ ਟੌਪ 20 ਐਮਸੀਕਿਊਜ਼ ਸਮਾਪਤ ਹੋਈ ਨੇ ਵੀਡੀਓ ਵਧੀਆ ਲੱਗੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ